ਵਾਹਿਗੁਰੂ ਸਾਹਿਬ ਜੀਓ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਹ ਚਲ ਚੌਰ ਛੱਤ, ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਏਹੋ। ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨ ਯੋਗ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਚਨ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰੂਪ ਸ਼ਬਦ ਗੁਰੂ, ਚਵਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ, ਮੁਕਤ ਭੁਗਤ ਜੁਗਤ ਦੇ ਦਾਤੇ, ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ, ਲੋਕ ਪਰਲੋਕ ਦੇ ਰੱਖਿਅਕ, ਸੰਸਾਰ ਦੇ ਕਰਤਾ ਭਰਤਾ ਹਰਤਾ, ਗੁਰਗੱਦੀ ਦੇ ਸੁਭਾਈ ਮਾਨ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਜੁਗੋ ਜੁਗ ਅਟਲ, ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਸਪਤਾਹਿਕ ਸਜੇ ਹੋਏ ਵਿਸ਼ੇਸ਼ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਾਰੇ ਹੀ, ਜੋ ਕਿ ਆਪ ਜੀ ਨੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਅਤੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਜੀ ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਸਤਸੰਗਤ ਦੇ ਵਿੱਚ ਜੁੜ ਬੈਠਣ ਦਾ ਸੁਭਾਗ, ਬਲ, ਉੱਦਮ ਅਤੇ ਪ੍ਰੇਰਨਾ ਬਖਸ਼ਿਸ਼ ਕਰਦੇ ਰਹਿਣ। ਆਓ ਗੁਰਮਤ ਵਿਚਾਰ ਦੇ ਨਾਲ ਸਾਂਝ ਬਣਾਈਏ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ, ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਆਪਣਾ ਸੀਸ ਝੁਕਾਉਂਦੇ ਹੋਏ ਦੋਨੇ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਧੰਨਵਾਦ ਜੋ ਦਾਸ ਦੀ ਬੇਨਤੀ ਮੰਨ ਕੇ ਗੱਜ ਕੇ ਫਤਿਹ ਬੁਲਾ ਕੇ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅਰਜ ਹੈ ਅੱਗੇ ਤੋਂ ਵੀ ਇਸੇ ਤਰ੍ਹਾਂ ਜਦੋਂ ਕੋਈ ਆਪ ਜੀ ਨਾਲ ਫਤਿਹ ਦੀ ਸਾਂਝ ਕਰੇ ਇਸੇ ਤਰ੍ਹਾਂ ਹੀ ਗੱਜ ਕੇ ਫਤਿਹ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਿਆ ਕਰੋ ਜੀ। ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਵਿਸ਼ੇਸ਼ ਦੀਵਾਨ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਇਸ ਗੁਰਤਾ ਗੱਦੀ ਦੇ ਇਤਿਹਾਸ ਦੇ ਸੰਬੰਧ ਅੰਦਰ ਜਾਣਕਾਰੀ ਪ੍ਰਾਪਤ ਕਰਨੀ ਹੈ। ਸੋ ਦਾਸ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਆਪ ਨਾਲ ਇਸ ਮਹਾਨ ਪਵਿੱਤਰ ਇਤਿਹਾਸ ਦੀ ਵਿਚਾਰ ਦੀ ਸਾਂਝ ਕਰਨ ਲੱਗਿਆ ਹੈ। ਸਾਧ ਸੰਗਤ ਜੀ, ਗੁਰਤਾ ਗੱਦੀ ਦਾ ਜਿਹੜਾ ਸਿਲਸਿਲਾ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਆਰੰਭ ਹੋ ਚੁੱਕਿਆ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰ ਹਿੱਤ 10 ਜਾਮੇ ਧਾਰਨ ਕੀਤੇ ਤੇ ਸਭ ਤੋਂ ਪਹਿਲਾਂ ਨਾਨਕ ਨਾਮ ਸਰੀਰ, ਫਿਰ ਗੁਰੂ ਅੰਗਦ ਦੇਵ ਜੀ, ਜੋਤ ਅਤੇ ਜੁਗਤ ਦਸੇ ਗੁਰੂ ਸਾਹਿਬਾਨਾਂ ਦੀ ਇੱਕੋ ਰਹੀ ਹੈ। ਕਿਉਂਕਿ ਜਿਹੜਾ ਸਰੀਰ ਹੈ ਇਹ ਸਮੇਂ ਮੁਤਾਬਕ ਜਿੰਨੀ ਸਵਾਸਾਂ ਦੀ ਪੂੰਜੀ ਹੁੰਦੀ ਹੈ ਉਨੀ ਖਰਚ ਕੇ ਜਾਣਾ ਪੈਂਦਾ ਹੈ, ਪਰ ਕੰਮ ਅੱਗੇ ਚੱਲਦਾ ਰਹੇ ਉਸ ਨੂੰ ਚਲਾਉਣ ਦੇ ਲਈ ਕਿਸੇ ਹੋਰ ਨੂੰ ਨਿਯੁਕਤ ਕਰਨ ਪੈਣ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਆਪਣੇ ਇੱਕ ਅਨਿੰਨ ਸੇਵਕ ਭਾਈ ਲਹਿਣਾ ਜੀ ਨੂੰ ਦੇ ਕੇ ਜ਼ਿੰਮੇਵਾਰੀ ਅਤੇ ਉਹਨਾਂ ਦਾ ਨਾਮ ਵੀ ਬਦਲ ਦਿੱਤਾ, ਰੱਖ ਦਿੱਤਾ ਅੰਗਦ ਦੇਵ, ਜਿਹਨੂੰ ਆਪਾਂ ਸਤਿਕਾਰ ਨਾਲ ਹੁਣ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਮ ਨਾਲ ਜਾਣਦੇ ਹਾਂ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਜ਼ਿੰਮੇਵਾਰੀ ਗੁਰਤਾ ਗੱਦੀ ਬਖਸ਼ੀ। ਇਸ ਤਰ੍ਹਾਂ ਬਾਕੀ ਗੁਰੂ ਸਾਹਿਬਾਨਾਂ ਨੇ ਇਸ ਨੂੰ ਬਖੂਬੀ ਨਿਭਾਇਆ ਹੈ, ਪਰੰਤੂ ਗੁਰੂ ਨਾਨਕ ਸਾਹਿਬ ਜੀ ਨੇ ਹੀ ਇੱਕ ਗੱਲ ਦੱਸ ਦਿੱਤੀ ਸੀ, ਗੁਰਤਾ ਗੱਦੀ ਇਹ ਕੋਈ ਜੱਦੀ ਜਾਇਦਾਦ ਵਾਂਗ ਪੁੱਤਰਾਂ ਨੂੰ ਨਹੀਂ ਮਿਲਦੀ। ਕੋਈ ਯੋਗ ਹੋਵੇ ਜਾਂ ਗੁਰੂ ਜੀ ਉਸਨੂੰ ਯੋਗ ਬਣਾ ਲੈਂਦੇ ਉਹਨੂੰ ਬਖਸ਼ੀ ਜਾਂਦੀ ਸੀ। ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੋ ਸਪੁੱਤਰ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੇ ਵੀ ਦੋਨਾਂ ਨੂੰ ਨਹੀਂ ਦਿੱਤੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਦੋ ਸਪੁੱਤਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਉਹਨਾਂ ਦੋਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਤੇ ਸਭ ਤੋਂ ਛੋਟੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਉਹਨਾਂ ਦੇ ਪੰਜ ਸਪੁੱਤਰ ਸਨ, ਪਰ ਗੁਰਤਾ ਗੱਦੀ ਦੇਣ ਸਮੇਂ ਦੋ ਚੜ੍ਹਾਈ ਕਰ ਚੁੱਕੇ ਸੀ, ਤਿੰਨ ਬਾਕੀ ਰਹਿੰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤਿੰਨ ਸਪੁੱਤਰ ਹੋਣ ਦੇ ਬਾਵਜੂਦ ਵੀ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਦਿੱਤੀ, ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ
ਗੁਰਦਾ ਗੱਦੀ ਆਪਣੇ ਛੋਟੇ ਸਪੁੱਤਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬਖਸ਼ੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਗੁਰਦਾ ਗੱਦੀ ਫਿਰ ਵਾਪਸ ਆਪਣੇ ਬਾਬਾ ਜੀ ਨੂੰ ਦਿੱਤੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਬਾਬਾ ਜੀ ਲੱਗਦੇ ਸੀ, ਦਾਦਾ ਕਹਿ ਲਓ ਬਾਬਾ ਕਹਿ ਲਓ। ਬਾਬਾ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਹ ਆਰੰਭ ਹੋ ਚੁੱਕਿਆ ਸੀ। ਗੁਰੂ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਫਿਰ ਅੱਗੇ ਪੰਕਤੀ ਹੈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੁੱਝੈ ਕੋਈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹ ਬਾਬਾ ਸ਼ਬਦ ਵਰਤਿਆ ਜਾਂਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਜੋ ਵਾਰਾਂ ਅੰਕਿਤ ਕੀਤੀਆਂ, ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਭਾਈ ਗੁਰਦਾਸ ਜੀ ਨੇ ਬਾਬਾ ਸ਼ਬਦ ਵਰਤਿਆ ਹੈ। ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵੇਲੇ ਬਾਬਾ ਵੀ ਕਿਹਾ ਜਾਂਦਾ ਸੀ, ਅੱਜ ਵੀ ਆਪਾਂ ਕਹਿ ਦਿੰਦੇ ਹਾਂ ਬਾਬਾ ਨਾਨਕ। ਬਾਬਾ ਇੱਕ ਸਤਿਕਾਰਯੋਗ ਸ਼ਬਦ ਹੈ, ਸਿਆਣੇ ਪੁਰਸ਼ ਦੇ ਨਾਲ ਜੁੜਦਾ ਹੈ। ਜਿਹੜੀ ਦਾੜੀ ਚਿੱਟੀ ਹੋ ਜਾਏ ਉਹਨੂੰ ਵੀ ਆਪਾਂ ਬਾਬਾ ਕਹਿੰਦੇ ਹਾਂ, ਵੀ ਇਹਦਾ ਬੜਾ ਤਜ਼ਰਬਾ ਹੈ ਜ਼ਿੰਦਗੀ ਦਾ, ਇਹਨੂੰ ਗਿਆਨ ਹੈ। ਕੋਈ ਬਹੁਤ ਵੱਡਾ ਮਹਾਨ ਕਾਰਨਾਮਾ ਕਰ ਜਾਏ, ਉਮਰ ਭਾਵੇਂ ਛੋਟੀ ਹੋਵੇ, ਆਪਾਂ ਉਸਨੂੰ ਵੀ ਸਤਿਕਾਰ ਦੇ ਨਾਲ ਬਾਬਾ ਸ਼ਬਦ ਦੇ ਨਾਲ ਨਿਵਾਜਦੇ ਹਾਂ। ਜਿਵੇਂ ਛੋਟੇ ਸਾਹਿਬਜ਼ਾਦੇ ਨੂੰ ਆਪਾਂ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਹਾਂ, ਬਾਬਾ ਫਤਿਹ ਸਿੰਘ ਜੀ ਕਹਿੰਦੇ ਹਾਂ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਖਿਆ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ। ਇੱਥੇ ਬਾਬਾ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ, ਬਾਲਾ ਪ੍ਰੀਤਮ ਜੀ ਨੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਦਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ, ਕਿਉਂਕਿ ਰਿਸ਼ਤੇਦਾਰੀ ਵਿੱਚ ਬਾਬਾ ਜੀ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਸ ਕਰਕੇ ਉਹਨਾਂ ਨੇ ਇਹ ਬਚਨ ਆਖਿਆ, ਬਾਬਾ ਬਸਹਿ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਵੀ ਮੇਰੇ ਤੋਂ ਬਾਅਦ ਜਿਹੜਾ ਗੁਰਦਾ ਗੱਦੀ ਦਾ ਮਾਲਕ ਹੈ ਉਹ ਬਾਬਾ ਹੈ, ਮੇਰਾ ਬਾਬਾ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਬਕਾਲੇ ਵਿੱਚ ਰਹਿੰਦੇ ਸੀ, ਗੁਰੂ ਵੰਸ਼ ਵਿੱਚੋਂ ਜਾਂ ਗੁਰੂ ਵੰਸ਼ ਵਿੱਚੋਂ ਕੋਈ ਵੀ ਨਹੀਂ ਸੀ ਰਹਿੰਦਾ। ਕੀਰਤਪੁਰ ਸਾਹਿਬ ਵਿਖੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਦਾ ਗੱਦੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਤੀ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਵੀ ਇਹ ਜੋ ਤੇਗ ਬਹਾਦਰ ਹੈ ਇਹਦਾ ਸੁਭਾਅ ਅਜੀਬ ਹੈ, ਇਹ ਇਕੱਲਾ ਰਹਿਣਾ ਚਾਹੁੰਦਾ ਹੈ, ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਦਾ, ਗੁਰਬਾਣੀ ਪ੍ਰਭੂ ਭਗਤੀ ਵਿੱਚ ਹੀ ਲੀਨ ਰਹਿੰਦਾ ਹੈ। ਅਤੇ ਆਮ ਸਮਾਜ ਵਿੱਚ ਇਹੋ ਜਿਹੇ ਵਿਅਕਤੀਆਂ ਦਾ ਰਹਿਣਾ ਜਿਹੜਾ ਹੈਗਾ, ਚਲਾਕ ਵਿਅਕਤੀਆਂ ਦੇ ਵਿੱਚ ਰਹਿਣਾ ਇਹੋ ਜਿਹੇ ਭੋਲੇ ਭਾਲੇ ਦਾ ਬੜਾ ਔਖਾ ਹੁੰਦਾ ਹੈ, ਵੀ ਮਹਾਰਾਜ ਇਹ ਮੇਰਾ ਪੁੱਤਰ ਹੈ, ਤੁਹਾਡਾ ਵੀ ਪੁੱਤਰ ਹੈ, ਮੈਂ ਮਾਂ ਦੀ ਮਮਤਾ ਨੂੰ ਮੁੱਖ ਰੱਖ ਕੇ ਬੇਨਤੀ ਕਰਦੀ ਹਾਂ, ਵੀ ਇਸ ਬਾਰੇ ਕੁਝ ਆਪ ਜੀ ਨੇ ਜ਼ਰੂਰ ਸੋਚਣਾ। ਸਮਾਜ ਵਿੱਚ ਇੱਦਾਂ ਹੁੰਦਾ ਹੈ, ਹਾਲਾਂਕਿ ਪੁੱਤਰ ਪਿਤਾ ਦਾ ਵੀ ਹੁੰਦਾ ਹੈ, ਮਾਤਾ ਦਾ ਵੀ ਹੁੰਦਾ ਹੈ, ਪਰ ਕਈ ਵਾਰੀ ਮਾਤਾ ਆਪਣੇ ਪਤੀ ਨੂੰ ਆਪਣੇ ਪੁੱਤਰ ਦੇ ਬਾਰੇ ਇਹ ਵਾਸਤਾ ਜ਼ਰੂਰ ਪਾਉਂਦੀ ਹੈ, ਵੀ ਇਹਦਾ ਖਿਆਲ ਰੱਖੋ, ਇਹ ਹੋਰਾਂ ਵਰਗਾ ਨਹੀਂ, ਮਾਤਾ ਜੀ ਨੇ ਵੀ ਇੱਦਾਂ ਆਖਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਉਸ ਵੇਲੇ, ਕਹਿੰਦੇ ਤੁਸੀਂ ਇਸ ਨੂੰ ਬਕਾਲੇ ਲੈ ਜਾਓ, ਉੱਥੇ ਜਾ ਕੇ ਰਹੋ। ਅਤੇ ਜਾਣ ਵੇਲੇ ਗੁਰੂ ਸਾਹਿਬ ਜੀ ਨੇ ਇੱਕ ਤਾਂ ਤੇਗ ਦਿੱਤੀ, ਇੱਕ ਗੁਰਬਾਣੀ ਦੀ ਪੋਥੀ ਦਿੱਤੀ ਅਤੇ ਇੱਕ ਰੁਮਾਲ ਦਿੱਤਾ। ਇਹ ਤਿੰਨ ਚੀਜ਼ਾਂ ਬਖਸ਼ਿਸ਼ ਕਰਕੇ ਮਾਤਾ ਨਾਨਕੀ ਜੀ ਨੂੰ ਆਖਿਆ, ਤੇਗ ਬਹਾਦਰ ਨੂੰ ਬਕਾਲੇ ਜਾ ਕੇ
ਰਹੋ ਲੈ ਜਾਓ ਨਾਲ। ਬਕਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਸੀ, ਯਾਨੀ ਕਿ ਮਾਤਾ ਨਾਨਕੀ ਜੀ ਜਿਹੜੇ ਬਕਾਲੇ ਦੇ ਸਨ, ਉੱਥੇ ਜਾ ਕੇ ਮਾਤਾ ਜੀ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਰਹਿਣ ਲੱਗ ਪਏ। ਤੇ ਜਦੋਂ ਗੁਰੂ ਹਰਕ੍ਰਿਸ਼ਨ ਜੀ ਨੇ ਇਹ ਗੱਲ ਆਖੀ ਦਿੱਲੀ ਵਿਖੇ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਵਿੱਚ ਹੀ ਸਨ। ਗੁਰੂ ਹਰਕ੍ਰਿਸ਼ਨ ਜੀ ਨੂੰ ਪਤਾ ਸੀ, ਕਿਉਂਕਿ ਉੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਈ ਵਾਰੀ ਡਿਊਟੀ ਲੱਗੀ ਵੀ ਤੁਸੀਂ ਆਲੇ ਦੁਆਲੇ ਇਲਾਕੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰੋ। ਤੇ ਗੁਰੂ ਸਾਹਿਬ ਜੀ ਪੰਜਾਬ ਨੂੰ ਛੱਡ ਕੇ ਹੋਰ ਜਿਹੜੇ ਰਾਜ ਸਨ ਉਹਨਾਂ ਦੇ ਵਿੱਚ ਵੀ ਗੁਰਬਾਣੀ ਦਾ ਪ੍ਰਚਾਰ ਕਰਨ ਜਾਂਦੇ ਸੀ। ਜਦੋਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿਖੇ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਉੱਥੇ ਮਿਲ ਕੇ ਆਏ ਸੀ। ਸਤ ਸੰਗਤ ਜੀ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਗੁਰਤਾ ਗੱਦੀ ਦੇ ਦਿੱਤੀ। ਇਹ ਇੱਕ ਸੰਗਤ ਲਈ ਇਮਤਿਹਾਨ ਸੀ ਵੀ ਜਿਹੜੀ ਸਿੱਖ ਸੰਗਤ ਹੈ ਉਹ ਆਪ ਹੀ ਇਹ ਹੁਣ ਜਾਣੇਗੀ ਕੌਣ ਸਾਡਾ ਗੁਰੂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਵਿਖੇ ਰਹਿ ਰਹੇ ਹਨ, ਗੁਰੂ ਪੰਥ ਵਿੱਚੋਂ ਵੀ ਤੇ ਹੋਰ ਪੰਥ ਦੁਖੀਆਂ ਵਿੱਚੋਂ ਵੀ। ਇਹ ਗੱਲ ਜਦੋਂ ਪਤਾ ਚੱਲ ਗਈ ਵੀ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਸ਼ਬਦ ਵਰਤੇ ਹੈ, ਬਾਬਾ ਵਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਵੀ ਨਾਮ ਨਹੀਂ ਲਿਆ। ਤੇ ਉਹ ਸਾਰੇ ਗੁਰਤਾ ਗੱਦੀ ਦੇ ਲਾਲਚ ਵਾਲੇ ਬਕਾਲੇ ਆ ਕੇ ਬਾਹਰੋਂ ਆ ਕੇ ਰਹਿਣ ਲੱਗ ਪਏ ਔਰ ਗੱਦੀਆਂ ਲਾ ਕੇ ਬੈਠ ਗਏ। ਤੇ ਇਤਿਹਾਸ ਵਿੱਚ ਉਹਨਾਂ ਦੀ ਗਿਣਤੀ 22 ਲਿਖੀ ਹੈ ਵੀ 22 ਵਿਅਕਤੀ, ਕੁਝ ਗੁਰੂ ਘਰ ਦਾ ਸੰਬੰਧ ਸੀ ਪਰਿਵਾਰ ਨਾਲ, ਕੁਝ ਹੋਰ ਸੀ, ਉਹ ਗੱਦੀਆਂ ਲਾ ਕੇ ਬੈਠ ਗਏ। ਤੇ ਹਰ ਇੱਕ ਕਹਿੰਦਾ ਸੀ ਮੈਂ ਗੁਰੂ ਹਾਂ, ਮੈਨੂੰ ਗੁਰਤਾ ਗੱਦੀ ਦਿੱਤੀ ਹੈ, ਗੁਰੂ ਹਰਕ੍ਰਿਸ਼ਨ ਜੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਹੈ। ਹੁਣ ਜਿਹੜੀ ਸਿੱਖ ਸੰਗਤ ਸੀ ਉਹ ਸੋਚਣ ਲੱਗ ਪਏ ਵੀ ਗੁਰੂ ਤਾਂ ਇੱਕ ਹੀ ਹੋ ਸਕਦਾ ਹੈ, 22 ਤਾਂ ਹੋ ਨਹੀਂ ਸਕਦੇ। ਪਰ ਮੁਸ਼ਕਲ ਇਹ ਆਈ ਵੀ 22 ਵਿੱਚੋਂ ਜਿਹੜਾ ਇੱਕ ਗੁਰੂ ਹੈ ਉਹ ਕੌਣ ਹੋ ਸਕਦਾ ਹੈ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਦਾ ਸਪੁੱਤਰ ਸੀ ਅੱਗੇ ਧੀਰਮਲ। ਧੀਰਮਲ ਕਰਤਾਰਪੁਰ ਸਾਹਿਬ ਰਹਿੰਦਾ ਸੀ, ਜਿਹੜਾ ਜਲੰਧਰ ਦੇ ਕੋਲ ਕਰਤਾਰਪੁਰ ਸਾਹਿਬ ਹੈ, ਇਤਿਹਾਸਕ ਗੁਰੂ ਸਾਹਿਬ ਨੇ ਵਸਾਇਆ ਹੈ, ਇਹ ਉੱਥੇ ਰਹਿੰਦਾ ਸੀ। ਇਹ ਵੀ ਉੱਠ ਕੇ ਬਕਾਲੇ ਚਲਾ ਗਿਆ, ਇਹ ਵੀ ਗੱਦੀ ਲਾ ਕੇ ਬੈਠ ਗਿਆ, 22 ਵਿੱਚ ਸ਼ਾਮਿਲ ਹੋ ਗਿਆ। 22 ਨਾਲੋਂ ਸਭ ਤੋਂ ਜ਼ਿਆਦਾ ਇਹ ਦਾਅਵੇਦਾਰ ਸੀ ਵੀ ਮੈਂ ਗੁਰੂ ਦੀ ਬੰਸ਼ ਵਿੱਚੋਂ ਹਾਂ, ਔਰ ਇਹਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਗ੍ਰੰਥ ਭਾਈ ਗੁਰਦਾਸ ਜੀ ਕੋਲ ਲਿਖਵਾਇਆ ਸੀ ਉਹ ਉੱਥੇ ਧੀਰਮਲ ਦੇ ਕੋਲ ਕਰਤਾਰਪੁਰ ਸਾਹਿਬ ਪਿਆ ਸੀ। ਇਹ ਉਸ ਗ੍ਰੰਥ ਨੂੰ ਵੀ ਨਾਲ ਹੀ ਲੈ ਗਿਆ ਬਕਾਲੇ ਵਿਖੇ, ਉਸ ਗ੍ਰੰਥ ਨੂੰ ਜਾ ਕੇ ਪ੍ਰਕਾਸ਼ ਕਰ ਦਿੱਤਾ ਔਰ ਇਹ ਦਾਅਵਾ ਕੀਤਾ ਵੀ ਦੇਖੋ ਅਸਲੀ ਗੁਰਬਾਣੀ ਦਾ ਜਿਹੜਾ ਗ੍ਰੰਥ ਹੈ ਉਹ ਵੀ ਮੇਰੇ ਕੋਲ ਹੈ ਤੇ ਮੈਂ ਇਸ ਕਰਕੇ ਗੁਰਤਾ ਗੱਦੀ ਦਾ ਅਸਲੀ ਵਾਰਸ। ਸਿੱਖ ਸੰਗਤਾਂ ਭੁਲੇਖੇ ਵਿੱਚ ਫਸੀਆਂ ਹੋਈਆਂ ਸਾਰਿਆਂ ਨੂੰ ਮੱਥਾ ਟੇਕ ਕੇ ਜਾ ਰਹੀਆਂ ਸਨ ਵੀ ਕੋਈ ਤਾਂ ਹੋਏਗਾ। ਪਰ ਸਾਧ ਸੰਗਤ ਜੀ, ਭਾਈ ਮੱਖਣ ਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ, ਇੱਕ ਵਿਧੀ ਬਣਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਨ ਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ। ਭਾਈ ਮੱਖਣ ਸ਼ਾਹ ਜੀ ਦਾ ਜਿਹੜਾ ਜਹਾਜ਼ ਸੀ ਉਹ ਬਰੇਤੇ ਵਿੱਚ ਫਸ ਗਿਆ। ਇਸ ਨੂੰ ਇਹ ਨਹੀਂ ਸੀ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਗੁਰਤਾ ਗੱਦੀ ਤੇ ਹਨ, ਇਹਨੂੰ ਇਹ ਪਤਾ ਸੀ ਗੁਰੂ ਹਰਕ੍ਰਿਸ਼ਨ ਜੀ ਗੁਰਤਾ ਗੱਦੀ ਤੇ ਬਿਰਾਜਮਾਨ। ਇਹਨੇ ਫਿਰ ਅਰਦਾਸ ਕੀਤੀ ਗੁਰੂ ਨਾਨਕ ਦਾ ਧਿਆਨ ਧਰ ਕੇ ਵੀ ਹੇ ਗੁਰੂ
हरकृष्ण महाराज जी, मेरा जहाज फस गया है बरेते विच, ते आप कृपा करके कढ़ो, मैं तुहाडा सिख हाँ, ते जो भी मेरा दसवंध बनता है व्यापार विचों मैनू आमदन होएगी उसका दसवां हिस्सा जिहड़ा मैं ओ आप जी दे दर ते भेटा रखांगा। गुरु तेग बहादुर साहब जी उस वेले गुरता गद्दी ते सी, महाराज ने कृपा करके जहाज किनारे ते लगाया। ये शुकराना करन दे लई फिर अर दसवंध अर्पण करन दे लई दिल्ली गया। दिल्ली इहनूं पता चलिया भी गुरु हरकृष्ण जी जोती जो समा गए ने, ते गुरदा गद्दी जिहड़ी है ये वचन आख्या है बाबा बसै ग्राम बकाले। ये फिर उत्थों बकाले आए, बकाले आके इन्हें वेख्या भी 22 गद्दियां ला के बैठे हैं। ये भी चक्कर विच पै गया कि 22 विचों कौन हो सकता है। इन्हें भी होर संगतां दे वांग ही दो दो मोहरां हर एक दे अगे धरिया, पर किसी ने भी जहाज नू बन्ने लाण वाला प्रसंग नहीं सुनाया। फिर इन्हें धीर मल दे अगे भी रखिया, धीर मल ने भी नहीं सुनाया। हुण ये सोचण लग्या भी होर कौन हो सकता है, इन्हें धीर मल नू ही पुछिया भी गुरु परिवार विचों कोई होर भी इस नगर विच रहिंदा है। धीर मल ने आखिया जिहड़ा शब्द आख्या उहने, कहिंदे हाँ एक तेगा कमला रहिंदा है। उसने गुरु तेग बहादुर साहिब जी नू तेग बहादुर नाम का संखेप शब्द तेगा वरत्या ते नाल कमला कह दिता। कहिंदे तेगा एक कमला रहिंदा है क्योंकि गुरु तेग बहादुर साहिब जी का पहला नाम सी त्याग मल। करतारपुर जिहड़ी जंग लड़ी गुरु हरगोबिंद साहिब जी ने, इस जंग दे विच गुरु तेग बहादुर साहिब जी ने भी हिस्सा पाया, ते तेग बहुत बहादुरी नाल वाही। जंग जितन तो बाद गुरु हरगोबिंद साहिब जी ने अपने कोल बुला के छाती नाल लाया, प्यार किया, ते नाले अपने पवित्र मुख तो वचन किया बख्शिश भरपूर। कहिंदे तू त्यागमल ही नहीं, तू तो तेग का भी बहादुर है। इन्नी बहादुरी नाल तेग वाही तू जंग विच। उस दिन तो बाद गुरु तेग बहादुर साहिब जी नाम पै गया। ते पंथ दुखी तेगा तप्पा कहिंदे सी, धीर मल तेगा कमला कहिण लग पे। हुण मक्खण शाह ने आखिया ओ किथे रहिंदे हन, उन्हें दस दिता जिथे रहिंदे सी, नाले कह दिता उहदे कोल ना जाई, वह तो कमला है। मक्खण शाह कहण लग्या भी जावांगा जरूर, जदों तक मिलांगा नहीं उदों तक मैनूं पता ही नहीं चलना भी कमला है की है। भाई मक्खण शाह जी ने तैयारी कर ली। मक्खण शाह जी दे नाल उस वेले 500 उहनां दे नौकर सी, पर ये सारे हथियारबंद सी। इहदा परिवार भी नाल सी, घरवाली भी नाल सी, पुत्तर भी नाल सी। मक्खण शाह जी जदों गुरु साहिब जी कोल गए, मक्खण शाह जी ने उदां ही दो मोहरां मत्था टेकिया। गुरु तेग बहादुर साहिब ने फिर उत्ते गल आखी, कहिंदे मक्खण शाह गुरु नूं पैसिआं दी लोड़ तां नहीं है, पर सिख का फर्ज बनता है जो अरदास कीती वचन किया उसते पूरा उतरे। भी तू वचन की किया सी, अरदास की कीती सी, दसवंध देना है। पर मक्खण शाह नूं पता चल गया भी ये हन असली गुरु। साध संगत जी, मक्खण शाह ने फिर कोठे ते चढ़ के छत ते खड़े होके उच्ची उच्ची आवाज दे विच ਇਹ ਗੱਲ ਆਖੀ ਸੰਗਤਾਂ ਪ੍ਰਤੀ ਜਿਹੜੀ ਬਾਈਆਂ ਦੇ ਹਾਲੇ ਮੱਥੇ ਟੇਕ ਰਹੀਆਂ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਉੱਚੀ ਉੱਚੀ ਆਵਾਜ਼ ਵਿੱਚ ਆਖਿਆ। ਇਹਦਾ ਅਰਥ ਸੀ ਗੁਰੂ ਲੱਭ ਗਿਆ ਹੈ, ਗੁਰੂ ਲੱਭ ਗਿਆ ਹੈ, ਅਸਲੀ ਗੁਰੂ ਲੱਭ ਗਿਆ ਹੈ। ਭਾਈ ਮੱਖਣ ਸ਼ਾਹ ਦੀ ਆਵਾਜ਼ ਸੁਣ ਕੇ ਸਾਰੀਆਂ ਸੰਗਤਾਂ
ਬਾਈਆਂ ਦਾ ਖਹਿੜਾ ਛੱਡ ਕੇ ਮੱਖਣ ਸ਼ਾਹ ਦੇ ਕੋਲ ਇਕੱਠੀਆਂ ਹੋ ਗਈਆਂ। ਪੁੱਛਿਆ ਕੌਣ ਹੈ ਅਸਲੀ ਗੁਰੂ, ਤੁਹਾਨੂੰ ਕਿਵੇਂ ਪਤਾ ਲੱਗਿਆ ਅਸਲੀ ਗੁਰੂ ਕੌਣ ਹੈ? ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਲੈ ਗਏ, ਇਹ ਹਨ ਅਸਲੀ ਗੁਰੂ। ਮੈਨੂੰ ਕਿਵੇਂ ਪਤਾ ਚੱਲਿਆ? ਉਸਨੇ ਜਹਾਜ਼ ਦਾ ਸਾਰਾ ਪ੍ਰਸੰਗ ਸੰਗਤਾਂ ਨੂੰ ਸੁਣਾ ਦਿੱਤਾ। ਹੁਣ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਮੱਥੇ ਟੇਕਦੀਆਂ ਹਨ, ਭੇਟਾਵਾਂ ਅਰਪਣ ਕਰਦੀਆਂ ਹਨ ਤੇ ਭੇਟਾਵਾਂ ਦੇ ਵੱਡੇ ਵੱਡੇ ਢੇਰ ਲੱਗ ਗਏ। ਉਧਰ ਬਾਈਆਂ ਨੂੰ ਪਤਾ ਚੱਲਿਆ ਵੀ ਅਸਲੀ ਗੁਰੂ ਤਾਂ ਪ੍ਰਗਟ ਹੋ ਗਿਆ ਹੈ, ਹੁਣ ਤਾਂ ਸਾਨੂੰ ਕਿਸੇ ਨੂੰ ਮੱਥੇ ਟੇਕਣੇ ਨਹੀਂ। ਉਹ ਇੱਕੀ ਤਾਂ ਚਲੇ ਗਏ, ਪਰ ਧੀਰਮਲ ਬੈਠਾ ਰਿਹਾ ਬਾਈਆਂ। ਧੀਰਮਲ ਨੇ ਸੋਚਿਆ ਵੀ ਹੁਣ ਕੀ ਕੀਤਾ ਜਾਏ। ਧੀਰਮਲ ਨੇ ਜਦੋਂ ਇਹ ਆਪਣੇ ਬੰਦਿਆਂ ਨਾਲ ਗੱਲ ਕੀਤੀ ਤਾਂ ਉਹਦੇ ਬੰਦਿਆਂ ਨੇ ਸਲਾਹ ਦਿੱਤੀ ਵੀ ਇੱਕ ਹੱਲ ਤਾਂ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਰ ਦਿੱਤਾ ਜਾਏ ਜਾਨੋ ਹੀ। ਦੂਜੀ ਗੱਲ ਇਹ ਪ੍ਰਚਾਰਿਆ ਜਾਏ ਵੀ ਅਸਲੀ ਗ੍ਰੰਥ ਸਾਹਿਬ ਜੋ ਗੁਰੂ ਅਰਜਨ ਦੇਵ ਜੀ ਨੇ ਲਿਖਾਇਆ ਹੈ ਉਹ ਤਾਂ ਸਾਡੇ ਕੋਲ ਹੈ, ਇਸ ਲਈ ਅਸੀਂ ਅਸਲੀ ਗੁਰੂ ਹਾਂ। ਧੀਰਮਲ ਨੇ ਆਖਿਆ ਵੀ ਗ੍ਰੰਥ ਸਾਹਿਬ ਤਾਂ ਪਹਿਲਾਂ ਵੀ ਸਾਡੇ ਕੋਲ ਸੀ, ਪਰ ਹੁਣ ਗ੍ਰੰਥ ਸਾਹਿਬ ਨੂੰ ਤਾਂ ਕੋਈ ਵੀ ਨਹੀਂ ਦੇਖ ਰਿਹਾ, ਸਾਰੀਆਂ ਸੰਗਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕ ਰਹੀਆਂ ਨੇ। ਫਿਰ ਇਹਦੇ ਬੰਦਿਆਂ ਨੇ ਸਲਾਹ ਦਿੱਤੀ, ਫਿਰ ਦੂਜਾ ਰਾਹ ਇਹ ਹੈ ਕਿ ਇਹਨਾਂ ਨੂੰ ਮਾਰ ਦਿੱਤਾ ਜਾਏ, ਤੇ ਇਹੀ ਸਕੀਮ ਬਣਾ ਲਈ ਵੀ ਜਦੋਂ ਵੀ ਮੌਕਾ ਲੱਗੇਗਾ ਇਹਨਾਂ ਨੂੰ ਮਾਰ ਦਿੱਤਾ ਜਾਏ। ਸਾਧ ਸੰਗਤ ਜੀ ਏਦਾਂ ਹੀ ਹੋਇਆ। ਮੱਖਣ ਸ਼ਾਹ ਜੀ ਤਾਂ ਭੇਟਾਵਾ ਅਰਪਣ ਕਰਕੇ ਨਗਰ ਤੋਂ ਬਾਹਰ ਡੇਰਾ ਲਾਇਆ ਸੀ, ਉੱਥੇ ਆ ਗਏ ਤੇ ਪਿੱਛੋਂ ਕੀ ਕੀਤਾ, ਧੀਰਮਲ ਨੇ ਆਪਣੇ ਬੰਦੇ ਨਾਲ ਲਏ, ਜੋ ਭੇਟਾ ਸੰਗਤਾਂ ਨੇ ਅਰਪਣ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਉਹ ਸਾਰੇ ਚੁੱਕ ਲਈ ਧੀਰਮਲ ਨੇ ਉਹਦੇ ਬੰਦਿਆਂ ਨੇ, ਤੇ ਚੁੱਕ ਕੇ ਭੇਟਾ ਦੂਜੇ ਮਕਾਨ ਤੇ ਬੰਦਾ ਖੜਾਇਆ ਸੀ ਬੰਦੂਕ ਲੈ ਕੇ, ਉਹਦਾ ਨਾਮ ਇਤਿਹਾਸ ਵਿੱਚ ਸਿੰਘਾਂ ਨਾਲ ਆਇਆ ਹੈ ਤੇ ਉਹਦਾ ਮਸੰਦ ਸੀ ਧੀਰਮਲ ਦਾ, ਸਿੰਘਾਂ ਮਸੰਦ। ਭੇਟਾ ਪੋਟਾ ਚੁੱਕ ਕੇ ਸਾਰੀ ਲੈ ਗਏ ਤੇ ਆਪਣੇ ਬੰਦੇ ਨੂੰ ਇਸ਼ਾਰਾ ਕਰ ਦਿੱਤਾ, ਤੂੰ ਹੁਣ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਦੇ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾ ਦਿੱਤੀ। ਮਹਾਰਾਜ ਨੇ ਆਪਣਾ ਮੁੱਖ ਘੁਮਾ ਲਿਆ ਤੇ ਗੋਲੀ ਦਸਤਾਰ ਦੇ ਵਿੱਚੋਂ ਲੰਘ ਕੇ ਅੱਗੇ ਲੰਘ ਗਈ। ਥੋੜ੍ਹਾ ਜਿਹਾ ਪੁੜਪੜੇ ਦੇ ਵਿੱਚ ਗੋਲੀ ਨੇ ਟੱਚ ਵੀ ਕੀਤਾ ਤੇ ਖੂਨ ਵੀ ਵਗਿਆ। ਗੋਲੀ ਚੱਲਣ ਦੀ ਆਵਾਜ਼ ਮੱਖਣ ਸ਼ਾਹ ਨੇ ਆਪਣੇ ਡੇਰੇ ਵਿੱਚ ਸੁਣੀ। ਮੱਖਣ ਸ਼ਾਹ ਭੱਜਾ ਭੱਜਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਆਇਆ, ਦੇਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੋਲੀ ਲੱਗੀ ਹੈ, ਖੂਨ ਵਹਿ ਰਿਹਾ ਹੈ। ਮਾਤਾ ਨਾਨਕੀ ਜੀ ਨੇ ਆਪਣੇ ਦੁਪੱਟੇ ਦੇ ਨਾਲ ਖੂਨ ਸਾਫ਼ ਕੀਤਾ। ਮੱਖਣ ਸ਼ਾਹ ਨੇ ਪੁੱਛਿਆ, ਮਾਤਾ ਜੀ ਕਿਹਨੇ ਗੋਲੀ ਚਲਾਈ? ਮਾਤਾ ਨਾਨਕੀ ਜੀ ਨੇ ਸਾਰੀ ਘਟਨਾ ਦੱਸ ਦਿੱਤੀ। ਮੱਖਣ ਸ਼ਾਹ ਫਿਰ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਧੀਰਮਲ ਦੇ ਕੋਲ, ਧੀਰਮਲ ਦੇ ਅਸਥਾਨ ਨੂੰ ਚਾਰੇ ਪਾਸੇ ਤੋਂ ਮੱਖਣ ਸ਼ਾਹ ਦੇ ਬੰਦਿਆਂ ਨੇ ਘੇਰਾ ਪਾ ਲਿਆ, ਧੀਰਮਲ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਉਹਦੀਆਂ ਬਾਹਾਂ ਪਿਛਾਂ ਨੂੰ ਬੰਨ ਲਈਆਂ। ਜੋ ਭੇਟਾ ਸੀ ਉਹਦੀ ਪੰਡ ਬੰਨ ਕੇ ਫਿਰ ਉਹ ਮੱਖਣ ਸ਼ਾਹ ਦੇ ਬੰਦੇ ਤੇ ਧੀਰਮਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਲੈ ਕੇ ਆ ਗਏ। ਕਹਿਣ ਲੱਗੇ, ਮਹਾਰਾਜ ਜੋ ਸੰਗਤਾਂ ਨੇ ਭੇਟਾ ਅਰਪਣ ਕੀਤੀ ਸੀ ਇਹ ਚੁੱਕ ਕੇ ਲੈ ਗਿਆ ਸੀ, ਅਸੀਂ ਸਾਰੀ ਲਿਆਂਦੀ ਆ ਤੁਹਾਡੇ ਸਾਹਮਣੇ ਪਈ ਹੈ, ਪੰਡ ਬੰਨ੍ਹੀ ਹੋਈ। ਧੀਰਮਲ ਨੇ ਤੁਹਾਨੂੰ ਜਾਨੋਂ ਮਾਰਨ ਲਈ ਗੋਲੀ ਚਲਾਈ, ਇਹ ਤੁਹਾਡਾ ਦੋਸ਼ੀ ਹੈ, ਹੁਣ ਤੁਸੀਂ ਹੁਕਮ ਕਰੋ ਇਹਨੂੰ ਕੀ ਸਜ਼ਾ ਦਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਇਸ ਤਰ੍ਹਾਂ ਬਚਨ ਕੀਤਾ, ਧੀਰਮਲ ਜੀ ਇਹਦੇ ਹੱਥ ਖੋਲ੍ਹ ਦਿਓ। ਧੀਰਮਲ ਦੇ ਮੱਖਣ ਸ਼ਾਹ ਜੀ ਨੂੰ ਹੁਕਮ ਹੋਇਆ, ਹੱਥ ਖੋਲ੍ਹ ਦਿੱਤੇ, ਪਰ ਮੱਖਣ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਇਹ ਤੁਹਾਡਾ ਦੋਸ਼ੀ ਹੈ, ਇਹਨੇ ਗੋਲੀ ਚਲਾਈ ਤੁਹਾਨੂੰ ਮਾਰਨ ਲਈ, ਪਰਮੇਸ਼ਰ ਨੇ ਹੱਥ ਦੇ ਕੇ ਰੱਖ ਲਿਆ, ਨਹੀਂ ਜੇ ਗੋਲੀ ਕਿਧਰੇ ਹੋਰ ਵੱਜਦੀ
ਤੁਹਾਡੀ ਤਾਂ ਜਾਨ ਚਲੇ ਜਾਣੀ ਸੀ, ਤੁਸੀਂ ਇਹਨੂੰ ਕਹਿ ਰਹੇ ਹੋ ਖੱਤ ਖੋਲ ਦਿਓ। ਮਹਾਰਾਜ ਕਹਿਣ ਲੱਗੇ ਖੋਲ ਦਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਉੱਥੇ ਇੱਕ ਬਚਨ ਆਖਿਆ, ਇਤਿਹਾਸ ਵਿੱਚ ਇਹ ਬਚਨ ਅੰਕਿਤ ਹੈ, ਕਹਾਂ ਫੁੱਨ ਭਇਓ ਜੋ ਲੈ ਗਿਓ ਚੜ੍ਹਤ ਵਹਿ, ਨਹੀਂ ਚਿੰਤ ਹਮਕੋ ਸੋ ਰਾਈ। ਦਰਬ ਕੇ ਕਾਰਨੇ ਸਤਿਗੁਰ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਪਾਈ। ਇਹਦਾ ਅਰਥ ਹੈ, ਗੁਰੂ ਜੀ ਕਹਿਣ ਲੱਗੇ ਕਹਾਂ ਫੁੱਨ ਭਇਓ, ਕਹਿੰਦੇ ਕੀ ਹੋਇਆ ਫਿਰ, ਜੋ ਲੈ ਗਏ ਚੜ੍ਹਤ ਵੈ, ਜੇ ਧੀਰ ਮੱਲ ਚੜ੍ਹਤ ਚੁੱਕ ਕੇ ਲੈ ਗਿਆ ਮੱਖਣ ਸਾਹਿਬ ਜੀ, ਕੀ ਹੋਇਆ? ਕੁਝ ਵੀ ਨਹੀਂ। ਨਹੀਂ ਚਿੰਤ ਹਮਕੋ ਸੋ ਰਾਈ, ਕਹਿੰਦੇ ਸਾਨੂੰ ਇਸ ਗੱਲ ਦੀ ਰਾਈ ਦੇ ਦਾਣੇ ਜਿੰਨੀ ਵੀ ਚਿੰਤਾ ਨਹੀਂ ਹੈ, ਸਾਨੂੰ ਫਿਕਰ ਨਹੀਂ ਹੈ। ਦਰਬ ਕੇ ਕਾਰਨੇ ਸਤਿਗੁਰੂ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਪਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮੱਖਣ ਸ਼ਾਹ ਨੂੰ, ਧੀਰ ਮੱਲ ਵੀ ਸੁਣਦਾ ਸੀ, ਧਨ ਇਕੱਠਾ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦਾ ਸਿਲਸਿਲਾ ਇਹ ਤਾਂ ਨਹੀਂ ਤੋਰਿਆ, ਧਨ ਇਕੱਠਾ ਕਰਨ ਲਈ ਦੁਕਾਨ ਨਹੀਂ ਪਾਈ, ਵੀ ਸੰਗਤਾਂ ਕੋਲੋਂ ਧਨ ਇਕੱਠਾ ਕਰਾਂਗੇ, ਇਸ ਧਨ ਦੇ ਰਾਹੀਂ ਐਸ਼ ਪ੍ਰਸਤੀ ਕਰਾਂਗੇ। ਕਹਿੰਦੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦਾ ਸਿਲਸਿਲਾ ਨਹੀਂ ਰੰਭਿਆ। ਗੁਰੂ ਜੀ ਦੇ ਹੁਕਮ ਮੁਤਾਬਕ ਮੱਖਣ ਸ਼ਾਹ ਨੂੰ ਉਹ ਸਾਰੀ ਚੜ੍ਹਤ ਵੀ ਵਾਪਸ ਕਰਨੀ ਪਈ, ਧੀਰ ਮੱਲ ਨੂੰ ਉਹਦੇ ਹੱਥ ਵੀ ਖੋਲਣੇ ਪਏ। ਮਹਾਰਾਜ ਕਹਿਣ ਲੱਗੇ ਧੀਰ ਮੱਲ ਨੂੰ ਆ ਲੈ ਜਾਓ। ਇਸ ਤੋਂ ਉਪਰੰਤ ਭਾਈ ਮੱਖਣ ਸਾਹਿਬ ਜੀ ਗ੍ਰੰਥ ਸਾਹਿਬ ਵੀ ਲਿਆਏ ਸੀ ਨਾਲੇ, ਗੁਰੂ ਜੀ ਨੇ ਉਹ ਵੀ ਵਾਪਸ ਕਰਾ ਦਿੱਤਾ। ਗੁਰੂ ਅੰਦਰ ਇੰਨੀ ਸਮਰੱਥਾ ਹੈ, ਗੁਰੂ ਉਸ ਗ੍ਰੰਥ ਨੂੰ ਦੁਬਾਰੇ ਆਪਣੀ ਪਵਿੱਤਰ ਰਸਨਤਾ ਉਚਾਰਨ ਕਰਕੇ ਲਿਖਾ ਸਕਦਾ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹ ਗ੍ਰੰਥ ਸਾਹਿਬ ਲਿਖਾਇਆ ਵੀ, ਇਹ ਵੱਖਰਾ ਇਤਿਹਾਸ ਹੈ। ਗੁਰੂ ਜੀ ਨੇ ਆਖਿਆ ਗ੍ਰੰਥ ਸਾਹਿਬ ਜਿਸਦੇ ਕੋਲ ਹੈ ਉਹ ਗੁਰੂ ਨਹੀਂ, ਜਿਸ ਕੋਲ ਗੁਰੂ ਜੋਤ ਹੈ ਉਹ ਗੁਰੂ ਹੈ। ਉਹ ਚਾਹੇ ਤਾਂ ਗ੍ਰੰਥ ਸਾਹਿਬ ਨੂੰ ਦੁਬਾਰੇ ਫਿਰ ਵੀ ਉਚਾਰਨ ਕਰਕੇ ਲਿਖਾ ਸਕਦਾ ਹੈ। ਧੀਰ ਮੱਲ ਨੂੰ ਫਿਰ ਸਾਰੀਆਂ ਸੰਗਤਾਂ ਨੇ ਲਾਹਣਤਾ ਪਾਈਆਂ, ਤੂੰ ਧਨ ਦੇ ਕਾਰਨ ਸਿਰਫ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਾਈ। ਉਹ ਫਿਰ ਆਪਣੇ ਆਪ ਹੀ ਬਕਾਲੇ ਨੂੰ ਛੱਡ ਕੇ ਦੁਬਾਰੇ ਫਿਰ ਕਰਤਾਰਪੁਰ ਆ ਗਏ। ਸਾਧ ਸੰਗਤ ਜੀ, ਹੁਣ ਆਪਾਂ ਥੋੜ੍ਹਾ ਇੱਥੇ ਇਤਿਹਾਸ ਨੂੰ ਰੋਕ ਕੇ ਅੱਜ ਦੇ ਹਾਲਾਤ ਦੇ ਵਿੱਚ ਜਾਣਾ ਹੈ। ਉਸ ਵੇਲੇ 22 ਸੀ ਗੱਦੀਆਂ ਲਾ ਕੇ ਬੈਠੇ ਹੋਏ, ਭਾਈ ਮੱਖਣ ਸ਼ਾਹ ਨੇ, ਗੁਰੂ ਦੇ ਸਿੱਖ ਨੇ ਉੱਚੀ ਆਵਾਜ਼ ਵਿੱਚ ਕੋਠੇ 'ਤੇ ਚੜ੍ਹ ਕੇ ਹੋਕਾ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸਾਰੀਆਂ ਸਿੱਖ ਸੰਗਤਾਂ ਉਸ ਮੱਖਣ ਸ਼ਾਹ ਦੀ ਆਵਾਜ਼ 'ਤੇ ਵਿਸ਼ਵਾਸ ਕਰਕੇ ਬਾਈਆਂ ਦਾ ਖਹਿੜਾ ਛੱਡ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆ ਗਏ। ਅੱਜ ਗਿਣਤੀ 22 ਨਹੀਂ ਰਹੀ, ਅੱਜ ਗਿਣਤੀ 22,000 ਤੋਂ ਵੀ ਟੱਪ ਚੁੱਕੀ ਹੈ। ਜਿਹੜੇ ਇਹ ਦਾਅਵਾ ਕਰਦੇ ਨੇ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅੱਜ ਵੀ ਭਾਈ ਮੱਖਣ ਸ਼ਾਹ ਦੀ ਉਹ ਪਵਿੱਤਰ ਰੂਹ ਅਨੇਕਾਂ ਗੁਰੂ ਘਰ ਦੇ ਪ੍ਰਚਾਰਕਾਂ ਦੇ ਵਿੱਚ ਵੜ ਕੇ ਹੋਕਾ ਦੇ ਰਹੀ ਹੈ। ਉਹ ਗੁਰਸਿੱਖੋ, ਉਸ ਵੇਲੇ 22 ਸੀ, 22 ਵਿੱਚੋਂ ਕੋਈ ਗੁਰੂ ਨਹੀਂ ਸੀ, ਅੱਜ 22,000 ਬਣੀ ਫਿਰਦੇ ਨੇ ਨਾ, 22,000 ਵਿੱਚੋਂ ਕੋਈ ਗੁਰੂ ਨਹੀਂ ਸਾਡਾ। ਸਾਡਾ ਜੇ ਗੁਰੂ ਹੈ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪਰ ਅੱਜ ਅਸੀਂ ਇਹੋ ਜਿਹੇ ਬਣ ਗਏ ਪ੍ਰਚਾਰਕਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਵੀ ਉਹਨਾਂ 22,000 ਦੇ ਪਿੱਛੇ ਲੱਗੇ ਫਿਰਦੇ ਹਾਂ, ਕੋਈ ਕਿਸੇ ਬਾਬੇ ਦੇ ਪਿੱਛੇ, ਕੋਈ ਕਿਸੇ ਬਾਬੇ ਦੇ ਪਿੱਛੇ, ਕੋਈ ਸਿੱਖ ਕਿਸੇ ਬਾਬੇ ਦੇ ਪਿੱਛੇ। ਅੱਜ ਤਾਂ ਸਾਧ ਸੰਗਤ ਜੀ, ਜਦੋਂ ਸਰੀਰ ਵਿੱਚ ਜੋਤ ਸੀ ਉਦੋਂ ਸਰੀਰ ਗੱਦੀ ਦੇ ਦਾਅਵੇਦਾਰ ਬਣਦੇ ਰਹੇ, ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋਤ ਹੈ ਤੇ ਅੱਜ ਕਈ ਗ੍ਰੰਥ ਗੁਰੂ ਦਾ ਦਾਅਵਾ ਬਣੀ ਕਰ ਰਹੇ ਨੇ।
ਇਹ ਗ੍ਰੰਥ ਇਹ ਵੀ ਗੁਰੂ ਹੈ, ਆਹ ਗ੍ਰੰਥ ਇਹ ਵੀ ਗੁਰੂ ਹੈ। ਸਾਡਾ ਗ੍ਰੰਥ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹ ਗੁਰੂ ਹਨ। ਇਸ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ ਹੈ। ਪਰ ਆਪਾਂ ਸੁਣਦੇ ਵੀ ਹਾਂ ਪਰ ਮੰਨਦੇ ਨਹੀਂ। ਆਪਾਂ ਕਹਿੰਦੇ ਨਹੀਂ ਜੀ, ਆਪਣੇ ਆਪਣੇ ਬਾਬੇ ਨੂੰ ਹਰੇਕ ਸਲਾਹੀ ਜਾਂਦਾ ਹੈ, ਨਹੀਂ ਜੀ ਹੋਰ ਕੋਈ ਪਖੰਡੀ ਹੋਵੇਗਾ, ਸਾਡਾ ਬਾਬਾ ਨਹੀਂ ਪਖੰਡੀ ਹੋ ਸਕਦਾ। ਉਹ ਇੰਨਾ ਵਿਸ਼ਵਾਸ ਤੁਸੀਂ ਗੁਰਬਾਣੀ ਤੇ ਲਿਆਓ, ਗੁਰੂ ਗ੍ਰੰਥ ਸਾਹਿਬ ਤੇ ਲਿਆਓ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋਤ ਵਿੱਚ ਪ੍ਰਕਾਸ਼ਮਾਨ ਹੈ। ਜੇ ਗੁਰੂ ਗ੍ਰੰਥ ਸਾਹਿਬ ਨਾਸਤਕਾਂ ਨੂੰ ਆਸਤਕ ਬਣਾ ਸਕਦਾ ਹੈ, ਅੱਜ ਵੀ ਉਸ ਵਿੱਚ ਸ਼ਕਤੀ ਮੌਜੂਦ ਹੈ, ਸਦਾ ਰਹੇਗੀ। ਪਰ ਆਪਾਂ ਮੰਨੀਏ ਤਾਂ ਸਹੀ, ਸਵੀਕਾਰ ਤਾਂ ਕਰੀਏ। ਉਹ ਗੁਰਸਿੱਖ ਧੰਨ ਜਿਹੜੇ ਮੱਖਣ ਸ਼ਾਹ ਦੀ ਆਵਾਜ਼ ਸੁਣ ਕੇ ਬਾਈਆਂ ਦਾ ਖਹਿੜਾ ਛੱਡ ਕੇ ਆ ਗਏ, ਅੱਜ ਆਪਾਂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਬਚਨਾਂ ਤੇ ਬਚਨ ਆਪਾਂ ਕਿਸੇ ਹੋਰ ਬਾਬੇ ਦੇ ਮੰਨਦੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਹੋਰ ਕਿਸੇ ਦੇ ਲੜ ਨਹੀਂ ਲਾਇਆ। ਸਾਨੂੰ ਆਪਾਂ ਪੜ੍ਹਦੇ ਹਾਂ, ਵਿਦਵਾਨਾਂ ਨੇ ਬੜਾ ਸੋਹਣਾ ਇਹ ਅਰਦਾਸ ਤੋਂ ਬਾਅਦ ਦੋਹਰਾ ਪੜ੍ਹਨ ਦਾ ਰਿਵਾਜ ਪਾਇਆ ਵੀ ਤਾਂ ਕਿ ਰੋਜ਼ਾਨਾ ਹੀ ਸਵੇਰੇ ਸ਼ਾਮ ਘੱਟੋ ਘੱਟ ਦੋ ਟਾਈਮ ਤਾਂ ਸਿੱਖ ਨੂੰ ਇਹ ਯਾਦ ਕਰਾਇਆ ਜਾਏ ਵੀ ਸਿੱਖਾ ਤੇਰਾ ਗੁਰੂ ਕੌਣ ਹੈ। ਆਪਾਂ ਪੜ੍ਹਦੇ ਹਾਂ ਨਾ ਦੋਹਰਾ, ਆਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ, ਹੋਰ ਕੋਈ ਨਹੀਂ, ਨਾ ਕੋਈ ਵਿਅਕਤੀ ਨਾ ਕੋਈ ਗ੍ਰੰਥ। ਸਾਧ ਸੰਗਤ ਜੀ, ਗੁਰੂ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ। ਮੈਂ ਇੱਕ ਪ੍ਰਸੰਗ ਆਪ ਨਾਲ ਸਾਂਝਾ ਕਰਾਂ ਵੀ ਜਿਹੜੇ ਬਾਬਿਆਂ ਤੇ ਵਿਸ਼ਵਾਸ ਕਰਦੇ ਨੇ ਉਹ ਕਿੰਨਾ ਵਿਸ਼ਵਾਸ ਕਰਦੇ ਨੇ। ਰਾਮ ਰਹੀਮ ਜੇਲ੍ਹ ਵੀ ਚਲਾ ਗਿਆ, ਦੋਸ਼ ਉਹਦੇ ਤੇ ਆਇਦ ਹੋ ਗਿਆ, ਸਜ਼ਾ ਭੁਗਤ ਰਿਹਾ ਹੈ, ਹਾਲੇ ਵੀ ਉਹਦੇ ਸ਼ਰਧਾਲੂ ਕਹਿੰਦੇ ਨੇ ਨਹੀਂ ਸਾਡਾ ਬਾਬਾ ਸਾਡਾ ਹੀ ਹੈ, ਇਸ ਵਰਗਾ ਹੋਰ ਨਹੀਂ ਕੋਈ ਹੋ ਸਕਦਾ। ਤੇ ਸਿੱਖਾ ਤੇਰਾ ਵਿਸ਼ਵਾਸ ਕਿਉਂ ਨਹੀਂ ਵੀ ਸਾਡਾ ਗੁਰੂ ਸਾਡੇ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ? ਆਪਾਂ ਕਹਿੰਦੇ ਨਹੀਂ, ਠੀਕ ਹੈ ਗੁਰੂ ਬਾਣੀ ਹੈ, ਮੱਥਾ ਵੀ ਟੇਕਣਾ ਹੈ, ਪੜ੍ਹਦੀ ਵੀ ਹੈ, ਪਰ ਨਹੀਂ ਜਦੋਂ ਤੱਕ ਕੋਈ ਹੋਰ ਨਾ ਦੱਸੇ ਸਾਨੂੰ ਉਦੋਂ ਤੱਕ ਗੱਲ ਨਹੀਂ ਬਣਦੀ। ਸਾਧ ਸੰਗਤ ਜੀ, ਗੁਰਬਾਣੀ ਦਾ ਪ੍ਰਚਾਰ ਕਰਨ ਵਾਲਾ, ਉਸਨੂੰ ਆਪਾਂ ਭਾਵੇਂ ਸੰਤ ਕਹੀਏ, ਗਿਆਨੀ ਕਹੀਏ, ਗੁਰਸਿੱਖ ਕਹੀਏ, ਪ੍ਰਚਾਰਕ ਕਹੀਏ, ਭਾਈ ਕਹੀਏ, ਗ੍ਰੰਥੀ ਕਹੀਏ, ਢਾਡੀ ਕਹੀਏ, ਕੋਈ ਕਹੀਏ, ਗੁਰਬਾਣੀ ਦਾ ਪ੍ਰਚਾਰ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ ਕਦੇ ਵੀ। ਇਹ ਗੱਲ ਸਾਨੂੰ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ। ਉਹ ਗੁਰੂ ਦੀ ਗੱਲ ਪਹੁੰਚਾਉਣ ਵਾਲਾ ਹੈ, ਅਸੀਂ ਉਹਦਾ ਉਂਝ ਸਤਿਕਾਰ ਕਰਨਾ ਹੈ, ਪਰ ਗੁਰੂ ਮੰਨ ਕੇ ਉਸ ਦੇ ਅੱਗੇ ਮੱਥੇ ਨਹੀਂ ਟੇਕਣੇ। ਅੱਜ ਤਾਂ ਉਹ ਲੋਕ ਇਹੋ ਜਿਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰ ਆਪ ਬੈਠ ਕੇ ਬਰਾਬਰ ਗੱਦੀ ਲਾ ਕੇ ਲੋਕਾਂ ਕੋਲੋਂ ਮੱਥੇ ਟਕਵਾਉਂਦੇ ਨੇ ਤੇ ਆਪਣੇ ਵਰਗੇ ਟੇਕਦੇ ਹਨ। ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਸਮਝਾਉਣ ਵਾਲਾ ਨਹੀਂ, ਉਹਨਾਂ ਕੋਲ ਹਥਿਆਰ ਨੇ, ਸਰਕਾਰਾਂ ਨਾਲ ਬਣੀ ਹੋਈ ਹੈ, ਜੇ ਕੋਈ ਕਹੇ ਉਹਨੂੰ ਗੋਲੀ ਮਾਰ ਕੇ ਲਾਂਭੇ ਕਰਦੇ ਨੇ। ਪਰ ਸਾਨੂੰ ਚਾਹੀਦਾ ਹੈ ਵੀ ਇਸ ਭਰਮ ਭੁਲੇਖੇ ਦੇ ਵਿੱਚੋਂ ਬਾਹਰ ਨਿਕਲੀਏ, ਸਾਨੂੰ ਦ੍ਰਿੜ ਵਿਸ਼ਵਾਸ ਹੋਏ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਗੁਰੂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਵੀ ਆਹ ਜਿਹੜੀ ਜੋਤ ਹੈ ਹੁਣ ਗ੍ਰੰਥ ਸਾਹਿਬ ਦੇ ਵਿੱਚ ਹੈ, ਹੋਰ ਕਿਸੇ ਵਿੱਚ ਨਹੀਂ, ਇਹੀ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ। ਪਰ ਸਾਨੂੰ ਵਿਸ਼ਵਾਸ ਹੀ ਨਹੀਂ, ਦ੍ਰਿੜ ਵਿਸ਼ਵਾਸ ਹੋਏ। ਸਾਧ ਸੰਗਤ ਜੀ, ਇੱਕ ਬਾਬੇ ਦੇ ਪੈਰੋਕਾਰ ਨੂੰ ਕਿਸੇ ਗੁਰਸਿੱਖ ਨੇ ਕਿਹਾ, ਕਹਿੰਦੇ ਓਏ ਤੇਰਾ ਬਾਬਾ ਸ਼ਰਾਬ ਪੀਂਦਾ ਹੈ, ਹੁਣ ਇਸ ਨੂੰ ਧਿਆਨ ਦੇ ਨਾਲ ਸੁਣਨਾ। ਉਹ ਕਹਿਣ ਲੱਗਿਆ ਸਵਾਲ ਹੀ ਨਹੀਂ ਪੈਦਾ ਹੋ ਸਕਦਾ, ਤੁਸੀਂ ਤਾਂ ਝੂਠ ਬੋਲ ਰਹੇ ਹੋ। ਉਹ ਗੁਰਸਿੱਖ ਕਹਿਣ ਲੱਗਿਆ ਮੈਂ ਤੈਨੂੰ ਦਿਖਾ ਸਕਦਾ ਹਾਂ ਪੀਂਦਾ ਹੋਇਆ। ਉਹ ਕਹਿਣ ਲੱਗਿਆ ਦਿਖਾ ਕੇ ਫਿਰ ਮੈਨੂੰ ਦੱਸ, ਫਿਰ ਮੰਨਾਂਗਾ ਮੈਂ। ਉਹਨੇ ਦਿਖਾ ਵੀ ਦਿੱਤਾ, ਕਹਿੰਦੇ ਦੇਖ ਤੇਰੇ ਬਾਬੇ ਨੇ ਹੁਣ ਅਲਮਾਰੀ ਵਿੱਚੋਂ ਸ਼ਰਾਬ ਦੀ ਬੋਤਲ ਕੱਢ ਲਈ ਹੈ। ਉਹ ਕਹਿਣ ਲੱਗਿਆ ਬਾਬੇ ਨੇ ਕੱਢੀ ਹੈ, ਪੀ ਤਾਂ ਨਹੀਂ।
ਕਹਿਣ ਲੱਗਿਆ ਦੇਖਦਾ ਜਾ ਤੂੰ, ਉਹਨੇ ਹੁਣ ਖੋਲ੍ਹ ਕੇ ਗਲਾਸ ਵਿੱਚ ਵੀ ਪਾ ਲੈਣੀ ਹੈ। ਉਹਨੇ ਗਲਾਸ ਵਿੱਚ ਵੀ ਪਾ ਲਈ। ਉਹ ਕਹਿਣ ਲੱਗਿਆ ਦੇਖ ਪਾ ਲਈ ਨਾ ਤੇਰੇ ਬਾਬੇ ਨੇ ਗਲਾਸ ਵਿੱਚ। ਕਹਿਣ ਲੱਗਿਆ ਗਲਾਸ ਵਿੱਚ ਇਹ ਪਾਈ ਆ, ਪੀਤੀ ਤਾਂ ਨਹੀਂ। ਕਹਿੰਦੇ ਰੁਕ ਜਰਾ ਤੈਨੂੰ ਪੀਂਦਾ ਵੀ ਦਿਖਾ ਦਿੰਦਾ। ਉਹਨੇ ਗਲਾਸ ਚੁੱਕ ਕੇ ਸ਼ਰਾਬ ਦਾ ਭਰ ਕੇ ਉਹਦੇ ਬਾਬੇ ਨੇ ਬੁੱਲਾਂ ਨੂੰ ਲਾ ਲਿਆ। ਕਹਿੰਦੇ ਦੇਖ ਹੁਣ ਲੱਗਿਆ ਨਾ ਪੀਣ, ਹੁਣ ਵਿਸ਼ਵਾਸ ਦੇਖੋ ਉਸਦਾ। ਕਹਿੰਦੇ ਜਿਹੜੇ ਸ਼ਰਾਬ ਦਾ ਗਲਾਸ ਮੇਰੇ ਬਾਬੇ ਦੇ ਬੁੱਲਾਂ ਨੂੰ ਲੱਗ ਗਿਆ, ਉਹ ਸ਼ਰਾਬ ਥੋੜ੍ਹੀ ਰਹੀ, ਉਹ ਤਾਂ ਅੰਮ੍ਰਿਤ ਬਣ ਗਿਆ। ਬਾਬਾ ਤਾਂ ਅੰਮ੍ਰਿਤ ਪੀ ਰਿਹਾ ਹੈ। ਵਿਸ਼ਵਾਸ ਸਾਨੂੰ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ 'ਤੇ ਇੰਨਾ ਵਿਸ਼ਵਾਸ? ਸਾਧ ਸੰਗਤ ਜੀ, ਇਹੀ ਸਾਡੇ ਲਈ ਨੇਕ ਲੰਕ ਅਵਤਾਰ ਹਨ। ਜਿਹਨੂੰ ਕਹਿੰਦੇ ਨਾ ਨੇਕ ਲੰਕ ਅਵਤਾਰ ਆਏਗਾ, ਵੀ ਉੱਤੇ ਕਲੰਕ ਨਹੀਂ ਕੋਈ ਲੱਗੇਗਾ। ਗੁਰੂ ਗ੍ਰੰਥ ਸਾਹਿਬ ਦੱਸੋ ਕੋਈ ਕਲੰਕ ਲਗਾ ਕੇ ਦੇਖ ਸਕਦਾ? ਗੁਰੂ ਗ੍ਰੰਥ ਸਾਹਿਬ ਜਿਸ ਕਮਰੇ ਵਿੱਚ ਪ੍ਰਕਾਸ਼ਮਾਨ ਹਨ ਜਾਂ ਸੁੱਖ ਆਸਨ ਹਨ, ਉਸ ਕਮਰੇ ਵਿੱਚ ਇੱਕ ਬੀਬੀ ਰਾਤ ਰਹਿ ਕੇ ਆ ਜਾਏ, ਨਾ ਬੀਬੀ 'ਤੇ ਕਲੰਕ ਲੱਗੇਗਾ, ਨਾ ਗੁਰੂ ਗ੍ਰੰਥ ਸਾਹਿਬ 'ਤੇ ਕਲੰਕ ਲੱਗੇਗਾ। ਅਤੇ ਬਾਬੇ ਦੇ ਕਮਰੇ ਵਿੱਚ ਇੱਕ ਬੀਬੀ ਰਾਤ ਰਹਿ ਕੇ ਆ ਜਾਏ, ਬਾਬਾ ਵੀ ਕਲੰਕੀ ਅਤੇ ਉਹ ਔਰਤ ਵੀ ਕਲੰਕੀ, ਫਿਰ ਨੇਕ ਕਲੰਕ ਕੌਣ ਹੋਇਆ? ਨੇਕ ਕਲੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਰ ਸਾਨੂੰ ਵਿਸ਼ਵਾਸ ਨਹੀਂ। ਇਹ ਧੁਰਕੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਸਤਿ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਮੱਖਣ ਸਾਹਿਬ ਜੀ ਦੇ ਇੱਕ ਸਿੱਖ ਨੇ ਪ੍ਰਗਟ ਕੀਤਾ। ਹੁਣ ਸਵਾਲ ਹੁੰਦਾ ਹੈ ਪੈਦਾ ਵੀ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਆਪ ਕਿਉਂ ਨਹੀਂ ਪ੍ਰਗਟ ਹੋਏ? ਇਹ ਇੱਕ ਸਵਾਲ ਹੈ। ਦਰਅਸਲ ਗੱਲ ਇਹ ਸੀ ਵੀ ਸਿੱਖ ਸੰਗਤ ਨੂੰ ਉਸ ਵੇਲੇ ਪ੍ਰੀਖਿਆ ਦੀ ਘੜੀ ਵਿੱਚੋਂ ਲੰਘਾਇਆ ਜਾ ਰਿਹਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਵੀ, ਜਿਸ ਤਰ੍ਹਾਂ ਅੱਜ ਭੰਬਲ ਭੁੱਸੇ ਵਿੱਚ ਆਪਾਂ ਪਏ ਹਾਂ, ਵੀ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਸੰਗਤਾਂ ਨੂੰ ਤੋੜਨ ਦਾ ਯਤਨ ਕਰੇ, ਕੀ ਗੁਰੂ ਦੇ ਪ੍ਰਚਾਰਕਾਂ ਦੀ ਗੱਲ ਸੰਗਤ ਸੁਣ ਕੇ ਉਹਨਾਂ ਪਖੰਡੀਆਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗੀ ਕਿ ਨਹੀਂ ਜੁੜੇਗੀ? ਇਹ ਪ੍ਰੀਖਿਆ ਸੀ। ਉਸ ਵੇਲੇ ਮੱਖਣ ਸ਼ਾਹ ਨੇ ਗੁਰੂ ਜੀ ਦੀ ਹੀ ਕਿਰਪਾ ਸਦਕਾ ਆਪਣੇ ਜੀਵਨ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਉਹ 22 ਪਖੰਡੀਆਂ ਤੋਂ ਬਚਾ ਲਿਆ। ਧੰਨ ਹਨ ਉਹ ਗੁਰਸਿੱਖ, ਧੰਨ ਹੈ ਭਾਈ ਮੱਖਣ ਸ਼ਾਹ ਜੀ। ਅੱਜ ਵੀ ਸਾਨੂੰ ਸਾਧ ਸੰਗਤ ਜੀ ਜਿਹੜੇ ਪ੍ਰਚਾਰਕ ਹਨ, ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਲੇ, ਉਹਨਾਂ ਦੀ ਗੱਲ ਬਿਨਾਂ ਕਿਸੇ ਹੀਲ ਹੁੱਜੇ ਤੋਂ, ਬਿਨਾਂ ਕਿਸੇ ਸ਼ੰਕੇ ਤੋਂ ਸੱਤ ਸੱਤ ਕਰਕੇ ਮੰਨ ਲੈਣੀ ਚਾਹੀਦੀ ਹੈ ਵੀ ਗੁਰੂ ਜੀ ਨੇ ਸਾਨੂੰ ਗ੍ਰੰਥ ਸਾਹਿਬ ਦੇ ਲੜ ਲਾਇਆ, ਇਹ ਸਾਡੇ ਗੁਰੂ ਹਨ। ਔਰ ਗੁਰੂ ਘਰ ਦਾ ਇਹ ਨਿਯਮ ਰਿਹਾ ਹੈ, ਜੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ੀ, ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਆਪ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਕੇ ਅਤੇ ਗੁਰੂ ਮੰਨ ਕੇ ਮੱਥਾ ਟੇਕਿਆ, ਸਿੱਖ ਸੰਗਤਾਂ ਨੂੰ ਬਾਅਦ ਵਿੱਚ ਆਖਿਆ। ਫਿਰ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਸੰਗਤਾਂ ਨੂੰ ਆਖਿਆ। ਸਗੋਂ ਇਸੇ ਦਾ ਇਤਿਹਾਸ ਇਹ ਵੀ ਹੈ, ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਪੁੱਛਿਆ ਮੋਹਰ ਜੀ ਨੂੰ ਵੀ ਮੋਹਰੀ ਤੂੰ ਗੁਰੂ ਰਾਮਦਾਸ ਜੀ ਨੂੰ ਕੀ ਜਾਣ ਕੇ ਮੱਥਾ ਟੇਕਿਆ? ਤਾਂ ਉਸ ਵੇਲੇ ਮੋਹਰੀ ਜੀ ਨੇ ਆਖਿਆ, ਕਹਿੰਦੇ ਮੈਂ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਮੱਥਾ ਟੇਕਿਆ ਹੈ, ਜਿਸ ਦੇ ਲੜ ਤੁਸੀਂ ਸਾਨੂੰ ਲਾਇਆ ਹੈ। ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ, ਸਭ ਤੋਂ ਪਹਿਲਾਂ ਆਪ ਮੱਥਾ ਟੇਕਿਆ, ਫਿਰ ਸੰਗਤ ਨੂੰ ਆਖਿਆ ਅੱਜ ਤੋਂ ਬਾਅਦ ਇਹ ਗ੍ਰੰਥ ਸਾਹਿਬ ਗੁਰੂ ਹਨ ਤੇ ਤੁਸੀਂ ਵੀ ਇਸ ਗ੍ਰੰਥ ਨੂੰ ਮੱਥਾ ਟੇਕੋ। ਫਿਰ ਸੰਗਤਾਂ ਨੇ, ਜੋ ਵੀ ਉੱਥੇ ਨਾਂਦੇੜ ਸਾਹਿਬ ਵਿਖੇ ਹਾਜ਼ਰ ਸਨ, ਸਾਰਿਆਂ ਨੇ ਫਿਰ ਗ੍ਰੰਥ ਸਾਹਿਬ ਜੀ ਨੂੰ ਗੁਰੂ ਜਾਣ ਕੇ ਮੱਥਾ ਟੇਕਿਆ ਤੇ ਗੁਰੂ ਜੀ ਨੇ ਆਖਿਆ ਅੱਜ ਤੋਂ ਬਾਅਦ ਭਵ ਸਾਗਰ ਵਿੱਚੋਂ ਪਾਰ ਕਰਨ ਦੀ ਸਮਰੱਥਾ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਸ ਤੋਂ ਬਾਅਦ ਤੁਸੀਂ ਕਿਸੇ ਹੋਰ ਦੇ ਲੜ ਨਹੀਂ ਲੱਗਣਾ।
ਤੇ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਬਚਨ ਸੱਤ ਸੱਤ ਕਰਕੇ ਮੰਨਿਆ। ਪਰ ਇਹ ਵੀ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ, ਉਪਦੇਸ਼ ਨਹੀਂ। ਉਪਦੇਸ਼ ਅਤੇ ਹੁਕਮ ਦੇ ਵਿੱਚ ਬੜਾ ਫਰਕ ਹੈ।